अस्सलाम वालेकुम जी, उम्मीद करता हूँ जी आप सब खैरियत से होंगे। तो आज हिकमतुल्ला के हम डेरे पे हैं और हिकमतुल्ला नए घोड़े लेकर आया है यहाँ पर, तो हम आपके लिए वीडियो बना रहे हैं जी। ये पहले ये घोड़ा आपको मैं दिखाता हूँ, तो उसके बाद फिर घोड़े के बारे में हम जानेंगे और पूछेंगे, नस्ल वगैरह भी पूछेंगे, हाइट वगैरह भी पूछेंगे। ये पीछे से आप देखें, ओके, पाँव आप चेक करें, दोनों पाँव जो पीछे वाले हैं वो वाइट हैं और आगे वाले पाँव जो उसके हैं उसके अपना कलर है। ठीक हो गया, तो ये देखें माशाल्लाह खूबसूरत घोड़ा है। इस वीडियो में आपको मैं हाइट भी इसकी बताऊंगा, पंजाबी ची करने वाली गल कितने कितने जरा ना, क्योंकि चैनल दूसरा भी है तो जिंदी वजह न उर्दू शुरू हो जाती है। तो भाजी हूँ जरा ना इन आप गिठा भी मिनागे, पहले तो मैं पैर बहा लवा इन्हें, क्योंकि अमूमन जड़े ने थोड़ा सा चेहरा अगो मत्था वाइट है। हाले तक लग्या लुग नहीं कोरा पिछे का, आराम ना खुलवा जाने तक कसम ना मारेंगे। लो जी दूसरी तरफ तो ना दुखाना हूँ मैं बेचारा, जी दूसरी साइड तो तुम इन्हें पैर वेखो, खारिश होंदी भी होंदे गोडे दे उत्ते। इहदे नाल ही दूसरा घोड़ा जिहड़ा ना ऐ खलोता जे, ये भी घोड़ा है ते ये भी तुहानूं मैं इहदे अगले पिछले पैर तुसीं वेखो, दूसरी सैड तो तुम मुहाना जी घोड़ा पिछो वेखो इन,
ਇਹ ਫੋਰ ਸੇਲ ਨੇ ਜੀ ਅਤੇ ਇਹ ਦੂਸਰਾ ਘੋੜਾ ਜੀ ਇਹਦਾ ਵੀ ਕੱਦ ਓਡਾ ਹੀ ਹੈ ਜਿੱਦਾਂ ਉਹ ਦੂਸਰੇ ਘੋੜੇ ਦਾ ਔਰ ਉਸ ਤਰ੍ਹਾਂ ਦੇ ਇਹਦਾ ਜਿਸਮ ਹੈ ਇਹ ਵੀ ਜਨਾਬ ਵਾਲੇ ਟਾਂਗੇ ਨਹੀਂ ਲੱਗਿਆ ਹੋਇਆ ਇਹ ਰੋੜੀ 'ਚ ਨਹੀਂ ਪਾਇਆ ਕੋਰਾ ਅਤੇ ਇਹਦੇ ਬਾਰੇ ਦੇ ਵਿੱਚ ਅਸੀਂ ਪੁੱਛਦੇ ਹਾਂ ਉਹਦੇ ਕੋਲੋਂ ਇੱਕ ਉਹ ਪਰੇ ਘੋੜਾ ਖਿਲਾ ਅਤੇ ਦੂਸਰਾ ਹੈ ਘੋੜਾ ਲਓ ਜੀ ਇਹਦੇ ਬਾਰੇ ਦੇ ਵਿੱਚ ਹੁਣ ਪੁੱਛਦੇ ਹਾਂ ਮਾਲਕ ਕੋਲੋਂ ਅਤੇ ਉਹਦੀ ਹਾਈਟ ਕਿੰਨੀ ਹੈ ਅਤੇ ਉਹਦਾ ਕੀ ਹੈ ਕੀਮਤ ਕਿੰਨੀ ਇਹਦਾ ਮੂੰਹ ਥੋੜ੍ਹਾ ਜਿਹਾ ਉਰਾ ਕਰੋ ਹਾਂ ਅੱਛਾ ਅੱਛਾ ਜੀ ਸਲਾਮ ਅਲੈਕੁਮ ਜਨਾਬ ਵੀਰ ਜੀ ਕੀ ਨਾਂ ਕੀ ਪਲਾ ਤੁਸੀਂ ਸੁਧਾਰ ਅਤੇ ਹਿਕਮਤ ਭਾਈ ਕੇ ਪਾਸ ਆਪ ਕਾਮ ਕਰਦੇ ਹੋ ਅੱਛਾ ਇਹ ਬਤਾਈਏਗਾ ਇਹ ਜੋ ਘੋੜਾ ਹੈ ਇਸ ਰੰਗ ਕੋ ਕਿਆ ਕਹਤੇ ਹੈ ਕੁੱਲਾ ਪਿਓਰ ਕੁੱਲਾ ਅੱਛਾ ਜੀ ਇਸ ਰੰਗ ਨੂੰ ਕਹਿੰਦੇ ਨੇ ਕੁੱਲਾ ਅਤੇ ਇਸ ਟਾਈਮ ਇਹਦੀ ਕਿੰਨੀ ਕੁ ਉਮਰ ਹੈਗੀ ਕੁੱਲੇ ਦੀ ਪੂਰੀ ਚਾਰ ਸਾਲ ਠੀਕ ਹੈ ਅਤੇ ਇਹਦੀ ਹਾਈਟ ਕਿੰਨੀ ਹੈਗੀ ਛੇ ਗਿੱਠਾ ਮਿਣੀਆਂ ਹੋਈਆਂ ਠੀਕ ਹੈ ਅਤੇ ਇਹ ਨਸਲ ਕਿਹੜੀ ਹੈ ਪਿਓਰ ਦੇਸੀ ਅਤੇ ਕੋਈ ਇਹਦੀ ਕੋਈ ਸਪੀਡ ਸਪੂਡ ਟੋੜਾ ਕਰਦਾ ਸੁਤਰੀ ਫੈਸ਼ਨ ਕਰਦਾ ਡਾਂਸ ਕਰਦਾ ਫੈਸ਼ਨ ਕਰਦਾ ਠੀਕ ਹੈ ਯਾਨੀ ਡਾਂਸਰ ਹੈਗਾ ਡਾਂਸ ਕੁਛ ਸਿੱਖਿਆ ਸੁੱਖਿਆ ਵੀ ਹੈਗਾ ਠੀਕ ਹੈ ਲਓ ਜੀ ਡਾਂਸ ਕਰਦਾ ਜੇ ਅਤੇ ਪਿਓਰ ਦੇਸੀ ਹੈਗਾ ਅਤੇ ਵੀਰ ਜੀ ਇਹਦੀ ਡਿਮਾਂਡ ਕੀ ਹੈਗੀ ਠੀਕ ਹੈ ਲਓ ਜੀ 2.5 ਲੱਖ ਰੁਪਇਆ ਜੇ ਇਸ ਘੋੜੇ ਦੀ ਡਿਮਾਂਡ ਅਤੇ ਹੁਣ ਨਾਲ ਹੀ ਜਿਹੜਾ ਹੈਗਾ ਨਾ ਤੁਹਾਨੂੰ ਦੂਸਰਾ ਇਹਦਾ ਤੇਰਾ ਮੂੰਹ ਅੱਗੋਂ ਹੀ ਵਿਖਾਇਆ ਜੀ ਉਹਨਾਂ ਨੂੰ ਇਹ ਜਾਂਦਾ ਮੂੰਹ ਆ ਲਓ ਜੀ ਲਓ ਜੀ ਸੁਧਾਕਰ ਭਾਈ ਬਹੁਤ ਮਿਹਰਬਾਨੀ ਇੱਧਰ ਆਇਆ ਜੇ ਇਹਦੇ 'ਤੇ ਅਤੇ ਇਹ ਦੱਸਿਆ ਜੀ ਕਿ ਇਹਦਾ ਰੰਗ ਕਿਹੜਾ ਸਾਵਾ ਠੀਕ ਹੈ ਅਤੇ ਇਹਦੀ ਵੀ ਹਾਈਟ ਮੇਰੇ ਖਿਆਲ 6 ਗਿੱਠਾ ਹੀ ਹੈ 6 ਗਿੱਠਾ ਅਤੇ ਇਹਦੀ ਉਮਰ ਕਿੰਨੀ ਕੁ ਹੈਗੀ 5 ਸਾਲ ਹੈਗਾ ਠੀਕ ਹੈ 5 ਸਾਲ ਹੈ ਅਤੇ ਇਹ ਵੀ ਪਿਓਰ ਦੇਸੀ ਅਤੇ ਇਹਦੀ ਕਿੰਨੀ ਡਿਮਾਂਡ ਜੀ 2 ਲੱਖ ਰੁਪਇਆ ਇਹ ਜਿਹੜਾ ਕੁੱਲਾ ਸੀ ਇਹ 2.5 ਲੱਖ ਦਾ ਅਤੇ ਇਹ 2 ਲੱਖ ਰੁਪਇਆ ਸਹੀ ਅਤੇ ਨੰਬਰ ਦਰਾ ਦੱਸਿਆ ਜੀ ਹਿਕਮਤ ਸਾਹਿਬ ਦਾ ਹਿਕਮਤ ਭਾਈ ਦਾ ਨੰਬਰ ਬਤਾਈਏ 0333-83-2024 ਇਹ ਜੀ ਹਿਕਮਤ ਭਾਈ ਦਾ ਨੰਬਰ ਆਪਣੇ ਪਾਸ ਆ ਗਿਆ ਔਰ ਇਹ ਸੁਦਾਗਰ ਭਾਈ ਹੈ ਹਿਕਮਤ ਕੇ ਪਾਸ ਕਾਮ ਕਰਤੇ ਹੈ ਇਧਰ ਤੋ ਦੋਨੋਂ ਜਾਨਵਰੋਂ ਕੀ ਜੋ ਡਿਟੇਲ ਹੈ ਉਹ ਤੁਹਾਨੂੰ ਦੱਸੀ ਉਹਨਾਂ ਨੇ ਇਹ ਕੁੱਲੇ ਦੇ ਬਾਰੇ 'ਚ ਵੀ ਤੁਹਾਨੂੰ ਦੱਸ ਦਿੱਤਾ ਅਤੇ ਇਹ 2.5 ਲੱਖ ਰੁਪਏ ਦਾ ਜੀ ਹਾਈਟ ਵੀ ਦੱਸ ਦਿੱਤੀ ਇਹਦੀ ਕਿ ਹਾਈਟ ਇਹਦੀ ਜਿਹੜੀ ਹੈਗੀ ਨਾ ਉਹ 6 ਗਿੱਠਾ ਅਤੇ ਅੱਗੇ ਤੁਸੀਂ ਆਪ ਦੇਖਣਾ ਤੋ ਇਨਕੇ ਪਾਸ ਜੀ ਹਰ ਕਿਸਮ ਕੇ ਘੋੜੇ ਹੈ ਡਾਂਸਰ ਵੀ ਹੈ ਔਰ ਦੂਸਰੇ ਜੋ ਹੈ ਨਾ ਕਾਮ ਕਾਜ ਵਾਲੇ ਵੀ ਹੈ ਘੋੜੇ ਇਸਕੀ ਉਮਰ 4 ਸਾਲ ਬਤਾਈ ਸੀ ਉਹ ਦੂਸਰਾ ਜੋ ਸਾਵਾ ਹੈ ਸਾਵਾ ਇਸਕੀ ਜੋ ਹੈ ਨਾ ਵੋ 5 ਸਾਲ ਹੈ ਇਸਕੀ
2 lakh ਰੁਪਿਆ ਇਹਨਾਂ ਮੰਗਦੇ ਨੇ 2 lakh ਹਕਮਤ ਦਾ ਨੰਬਰ ਵੀ ਤੁਹਾਡੇ ਕੋਲ ਆ ਗਿਆ ਕਦ ਵੀ ਸੇਮ ਉਹਦੇ ਜਿੱਡਾ ਹੀ ਗਿਆ तो वीडियो अच्छी लगी हो तो लाइक और शेयर ज़रूर कीजिएगा और अगर आप ख़रीद रहे हैं के ख्वाहिशमंद हैं तो आप हिकमत से राबता कर सकते हैं जी जी ज़्यादा तो चाहता हूँ जी अगर तुसी लैन दे ख्वाहिशमंद या कोई इन्फॉर्मेशन लेनी तो तुसी एक मत नाल राबता कर सकते हो तो ज़्यादा चाहता हूँ जी वीडियो फिर इंशाल्लाह मुलाकात होगी अल्लाह हाफ़िज़